ਸਤਿ ਸ਼੍ਰੀ ਅਕਾਲ, ਮੈਂ ਹਾਜ਼ਰ ਹਾਂ ਤੁਹਾਡੇ ਨਾਲ ਅਗਲੀ ਲਗਾਂਖਰ ਦੀ ਗੱਲ ਕਰਦੇ ਹੋਏ। ਲਗਾਂਖਰ ਆਪਾਂ, ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਸੀਗਾ, ਲਗਾਂਖਰ ਹੈ ਬਿੰਦੀ, ਟਿੱਪੀ, ਅਦਕ। ਇਹ ਤਿੰਨਾਂ ਲਫਜ਼ਾਂ ਨੂੰ ਜਿਹੜੇ ਕਿ ਨਾਲ ਰਲ ਕੇ, ਮਾਤਰਾਵਾਂ ਦੇ ਨਾਲ ਰਲ ਕੇ ਉਹਦੇ ਅਰਥਾਂ ਨੂੰ ਬਦਲ ਦਿੰਦੇ ਹੈ, ਇਹ ਉਹ ਲਗਾਂਖਰ ਹੁੰਦੇ। ਅੱਜ ਅਸੀਂ ਟਿੱਪੀ ਦੀ ਵਰਤੋਂ ਨੂੰ ਲੈ ਰਹੇ ਹਾਂ। ਟਿੱਪੀ, ਇਹਨੂੰ ਆਪਾਂ ਕਿੱਥੇ ਕਿੱਥੇ ਵਰਤ ਸਕਦੇ ਹਾਂ ਪੰਜਾਬੀ ਦੇ ਵਿੱਚ, ਤਾਂ ਕਿ ਸਾਡੀ ਪੰਜਾਬੀ ਸ਼ੁੱਧ ਰਹੇ, ਆਪਾਂ ਅੱਜ ਦੇਖਦੇ ਹਾਂ। ਟਿੱਪੀ ਦੀ ਵਰਤੋਂ ਮੁਕਤੇ ਨਾਲ ਹੁੰਦੀ ਹੈ। ਹੁਣ ਮੁਕਤੇ ਨੂੰ ਕੋਈ ਵੀ ਮਾਤਰਾ ਨਹੀਂ ਲੱਗਦੀ। ਅਸੀਂ ਲਿਖਣਾ ਹੈ ਸੰਗ, ਸੱਸੇ ਦੇ ਉੱਤੇ ਟਿੱਪੀ ਪਾਵਾਂਗੇ, ਕਿਉਂਕਿ ਜੇ ਬਿੰਦੀ ਪਾਈ ਉਹ ਦਿਸੇਗੀ ਨਹੀਂ। ਮੁਕਤਾ ਸ਼ਬਦ ਹੈ, ਇਹਦੀ ਬਨਾਵਟ ਕਰਕੇ ਹੀ ਇਹਨੂੰ ਅਸੀਂ ਪਾ ਰਹੇ ਹਾਂ। ਇਸ ਕਰਕੇ ਹਰ ਉਹ ਸ਼ਬਦ ਜਿਹੜਾ ਵੀ ਮੁਕਤਾ ਹੈ, ਜਿਹਨੂੰ ਹੋਰ ਕੋਈ ਮਾਤਰਾ ਨਹੀਂ ਲੱਗੀ ਹੋਈ, ਉਹਦੇ 'ਤੇ ਅਸੀਂ ਇਹ ਟਿੱਪੀ ਹੀ ਪਾਵਾਂਗੇ। ਸਾਡੇ ਕੋਲ ਸ਼ਬਦ ਹੈ ਅੰਬ, ਪੰਡ, ਸੰਤ, ਦੰਦ, ਇਹਨਾਂ ਦੇ ਨਾਲ, ਕਿਉਂਕਿ ਮੁਕਤਾ ਸ਼ਬਦ ਹੈ, ਅ ਅਤੇ ਬ ਉੱਤੇ ਟਿੱਪੀ ਲੱਗੀ, ਉਹਨੂੰ ਅੰਬ ਬਣਾ ਦਿੱਤਾ ਉਹਨੇ। ਅਗਲੀ ਸਾਡੀ ਮਾਤਰਾ ਹੈ ਸਿਆਰੀ। ਹੁਣ ਬਿਹਾਰੀ ਕਿਉਂਕਿ ਪਿੱਛੇ ਪੈਂਦੀ ਹੈ, ਉੱਥੇ ਅਗਰ ਟਿੱਪੀ ਪਏਗੀ ਤਾਂ ਉਹ ਮੈਂ ਪਹਿਲੇ ਵੀ ਦੱਸਿਆ ਸੀ ਪਿਛਲੀ ਵਾਰ ਕਿ ਉਹ ਜਚੇਗੀ ਨਹੀਂ। ਅਤੇ ਹੁਣ ਅਸੀਂ ਜਦੋਂ ਸਿਹਾਰੀ ਲਿਖਾਂਗੇ, ਉਸ ਅੱਖਰ ਦੇ ਉੱਤੇ ਸਾਡੇ ਕੋਲ ਪੂਰਾ ਥਾਂ ਹੈ ਜਿਹਦੇ 'ਚ ਅਸੀਂ ਟਿੱਪੀ ਪਾ ਸਕਦੇ ਹਾਂ। ਹੁਣ ਸਿਹਾਰੀ ਪਾ ਕੇ ਅਸੀਂ ਦੇਖਦੇ ਹਾਂ ਕਿਹੜੇ ਕਿਹੜੇ ਸ਼ਬਦ ਅਸੀਂ ਲੈ ਸਕਦੇ ਹਾਂ। ਪਿੰਡ ਲਿਖਣਾ, ਹੁਣ ਜੇ ਬਿੰਦੀ ਪਾਵਾਂਗੇ ਉਹ ਨਹੀਂ ਜਚੇਗੀ, ਬਿੰਦੀ ਦਿਸੇਗੀ ਵੀ ਨਹੀਂ ਕਈ ਵਾਰੀ। ਹੁਣ ਪਿੰਡ ਲਿਖਣ ਲੱਗੇ, ਉਹਦੇ 'ਤੇ ਟਿੱਪੀ ਪਾਤੀ, ਪੱਪੇ ਨੂੰ ਸਿਹਾਰੀ, ਟਿੱਪੀ ਅਤੇ ਡੱਡਾ ਪਿੰਡ ਬਣ ਗਿਆ, ਔਰ ਸਾਡਾ ਠੀਕ ਸ਼ਬਦ ਬਣ ਗਿਆ ਇਹ। ਅਗਲਾ ਹੈ ਜਿੰਦ, ਬਿੰਦੀ, ਸਿੰਘ। ਇਸ ਤਰ੍ਹਾਂ ਜਿਹੜੀ ਵੀ ਮਾਤਰਾ ਕਿਸੇ ਵੀ ਅੱਖਰ ਨੂੰ ਸਿਹਾਰੀ ਵਾਲੀ ਲੱਗੇਗੀ, ਉਹਦੇ 'ਤੇ ਜੇ ਬਿੰਦੀ ਦੀ ਆਵਾਜ਼ ਆ ਰਹੀ ਹੈ, ਅੰਗ ਦੀ ਆਵਾਜ਼ ਆ ਰਹੀ ਹੈ, ਆਂ ਦੀ ਆਵਾਜ਼ ਆ ਰਹੀ ਹੈ, ਤਾਂ ਅਸੀਂ ਉੱਥੇ ਟਿੱਪੀ ਪਾ ਰਹੇ ਹਾਂ। ਸਾਡੀ ਅਗਲੀ ਮਾਤਰਾ ਹੈ ਔਂਕੜ। ਔਂਕੜ ਦੇ ਵਿੱਚ ਹੁਣ ਫਿਰ ਉਵੇਂ ਸ਼ਬਦ ਹੈ, ਸਾਡੇ ਕੋਲ ਕੱਕਾ ਸ਼ਬਦ ਹੈ, ਕੱਕੇ ਨੂੰ ਔਂਕੜ ਲੱਗਿਆ, ਉੱਤੇ ਅਸੀਂ ਕੂੰ ਦੀ ਆਵਾਜ਼ ਕਰਨੀ ਹੈ, ਕੁੰਡਾ, ਕੁੰਡਾ ਲਿਖਣਾ। ਹੁਣ ਅਸੀਂ ਬਿੰਦੀ ਵੀ, ਅਗਰ ਬਿੰਦੀ ਪਾਈਏ ਉਹ ਦਿਸੇਗੀ ਨਹੀਂ, ਇਸ ਕਰਕੇ ਪੰਜਾਬੀ ਵਿੱਚ ਇੱਥੇ ਫਿਰ ਟਿੱਪੀ ਪਏਗੀ। ਸ਼ਬਦ ਹੈ ਕੁੰਡਾ, ਮੁੰਡਾ, ਧੁੰਦ, ਸੁੰਡ, ਕੁੰਡ, ਔਂਕੜ ਪਿਆ, ਉਹਦੇ 'ਤੇ ਟਿੱਪੀ ਹੀ ਪਏਗੀ। ਅਗਲੀ ਸਾਡੀ ਮਾਤਰਾ ਹੈ ਦੁਲੈਂਕੜ ਦੀ ਮਾਤਰਾ। ਜਿਵੇਂ ਔਂਕੜ ਕਿਸੇ ਵੀ ਅੱਖਰ ਦੇ ਨੀਚੇ ਪੈਂਦਾ, ਇਸੇ ਤਰ੍ਹਾਂ ਦੁਲੈਂਕੜ ਵੀ ਦੋ ਹੁੰਦੇ ਹੈ, ਉਹ ਉਸ ਅੱਖਰ ਦੇ ਨੀਚੇ ਪੈਂਦੇ ਹੈ। ਹੁਣ ਇੱਥੇ ਅਸੀਂ ਕਰਾਂਗੇ, ਸ਼ਬਦ ਹੈ ਗੂੰਦ, ਗੱਗੇ ਨੂੰ ਦੁਲੈਂਕੜ, ਉੱਤੇ ਟਿੱਪੀ ਦੱਦਾ, ਗੂੰਦ। ਮੂੰਹ, ਨੂੰ, ਰੂੰ, ਦੁਲੈਂਕੜ ਅਤੇ ਨਾਲ ਉੱਤੇ ਟਿੱਪੀ। ਹੁਣ ਆਪਾਂ ਸ਼ਾਇਦ ਚੰਗੀ ਤਰ੍ਹਾਂ ਜਾਣ ਗਏ ਹਾਂ ਕਿ ਕਿਹੜੀਆਂ ਮਾਤਰਾਵਾਂ ਦੇ ਨਾਲ ਟਿੱਪੀ ਲੱਗਦੀ ਹੈ। ਹੁਣ ਆਪਾਂ ਗਿਣੀਏ ਇਹਨਾਂ ਮਾਤਰਾਵਾਂ ਨੂੰ। ਮੁਕਤੇ ਦੇ ਨਾਲ ਹਮੇਸ਼ਾ ਟਿੱਪੀ ਲੱਗੇਗੀ, ਸਿਹਾਰੀ ਦੇ ਨਾਲ ਕਿਉਂਕਿ ਸਾਡੇ ਕੋਲ ਸਫੀਸ਼ੀਐਂਟ ਥਾਂ ਹੈ ਉੱਥੇ, ਇਸ ਕਰਕੇ ਸਿਹਾਰੀ ਦੇ ਨਾਲ ਟਿੱਪੀ ਲੱਗੇਗੀ। ਔਂਕੜ ਦੇ ਨਾਲ ਕਿਉਂਕਿ ਨੀਚੇ ਹੈ, ਸ਼ਬਦ ਬਿਲਕੁਲ ਖਾਲੀ ਪਿਆ ਉਹਦੇ ਉੱਤੇ ਲੱਗ ਸਕਦੀ ਹੈ, ਫਿਰ ਟਿੱਪੀ ਲੱਗੇਗੀ, ਅਤੇ ਦੁਲੈਂਕੜ ਦੇ ਨਾਲ ਵੀ ਟਿੱਪੀ ਹੀ ਲੱਗੇਗੀ। ਬਿੰਦੀ ਅਤੇ ਟਿੱਪੀ ਕਿੱਥੇ ਕਿੱਥੇ ਲਗਾਉਣੀ ਹੈ, ਮੇਰਾ ਖਿਆਲ ਤੁਸੀਂ ਸਮਝ ਗਏ ਹੋਵੋਗੇ। ਧੰਨਵਾਦ।